ਉਹਦੇ ਹੈਡ ਮਿਸਟਰ ਸਾਹਿਬ ਨੇ ਦਰਖਤ ਚੋਰੀ ਵੇਚੇ, ਉਹ ਸਾਨੂੰ ਪਿੰਡ ਵਾਲਿਆਂ ਨੂੰ ਪਤਾ ਲੱਗਾ, ਅਸਾਂ ਇੰਤਜ਼ਾਰ ਕੀਤਾ ਸਾਰਿਆਂ ਨੇ, ਜਿਹਦੇ ਵਿੱਚ ਇੰਤਜ਼ਾਰ ਕਰਨ ਵਾਲਿਆਂ ਵਿੱਚੋਂ ਅਸਾਂ ਵੀ ਨਾਲ ਸਾਂ, ਅਤੇ ਉਹਦੀ ਵਜ੍ਹਾ ਤੋਂ ਉਹਨੇ ਸਾਡੀਆਂ ਬੱਚੀਆਂ ਨਾਲ ਨਜਾਇਜ਼ ਮਾਰਨਾ ਕੁੱਟਣਾ ਤਸ਼ੱਦਦ ਕਰਨਾ ਇੱਕ ਦੋ ਵਾਰੀ ਅਸਾਂ ਬਰਦਾਸ਼ਤ ਕੀਤਾ, ਹੁਣ ਉਹਨੇ ਕੱਲ੍ਹ ਸਾਡੀ ਇਤਨਾ ਬੱਚੀ ਨੂੰ ਸ਼ਦੀਦ ਤਸ਼ੱਦਦ ਕੀਤਾ ਜਿਹੜਾ ਸਾਡੇ ਨਾ ਕਾਬਲੇ ਬਰਦਾਸ਼ਤ ਸੀ, ਉਹਦੀ ਵਜ੍ਹਾ ਤੋਂ ਅਸਾਂ ਆ ਕੇ ਇਸ ਚੀਜ਼ ਦਾ ਇੰਤਜ਼ਾਰ ਕਰਦੇ ਹਾਂ, ਅਤੇ ਅਸਾਂ ਇਨਸਾਫ ਚਾਹੁੰਦੇ, ਸਾਡੇ ਨਾਲ ਬਹੁਤ ਜ਼ਿਆਦਤੀ ਹੈ, ਇਸ ਨਾਲ ਉਹ ਇੱਕ ਨਜਾਇਜ਼ ਤਸ਼ੱਦਦ ਕਰਤੀ ਬੱਚਿਆਂ ਜਿਹੜਾ ਨਾ ਬਰਦਾਸ਼ਤ ਤੋਂ ਬਾਹਰ। ਮੈਮ ਕਾਬ ਮੈਨੇ ਬਾਤ ਆ ਗਈ, ਚਲ ਕਮਰੇ ਮੈਂ ਆਪ ਖੜੇ ਤੋਤੀ ਹੂੰ, ਮੈਂ ਕਮਰੇ ਮੈਂ ਗਈ, ਮੈਮ ਸਟੀਕ ਮੰਗਵਾ ਕੇ ਚਾਹ ਰੱਖੀ ਹੂੰ, ਭਾਈ ਖੜਾ ਕੇ ਮੈਮ ਮੂੰਹ ਸੇ ਪੁੱਛਾ ਕਿਉਂ ਨਹੀਂ ਆਪ ਸਕੂਲ ਕੇ, ਮੈਂ ਮੁਝੇ ਬੁਖਾਰ ਤਾ, ਮੈਂ ਮੂੰਹ ਸੇ ਪੁੱਛਾ ਮੈਨੂੰ ਕਿ ਮੈਂ ਮੁਝੇ ਬੁਖਾਰ ਤਾ, ਮੈਮ ਮੁਝੇ ਫਿਰ ਮਾਰਾ, ਮੇਰੇ ਬਾਲ ਪਾੜੇ, ਮੁਝੇ ਸਟਿਕ ਕੇ ਸਾਥ ਮਾਰਾ।